ਵੀਵੀ ਟਾਈਮਸ ਦੀ ਇਹ ਵੀਡੀਓ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਜੀਡੀਪੀ ਅਤੇ ਜੀਡੀਪੀ ਗਰੋਥ ਰੇਟ ਬਾਰੇ ਆਮ ਤੌਰ ਤੇ ਖ਼ਬਰਾਂ ਜਾਂ ਖ਼ਬਰਾਂ ਵਿੱਚ ਜੀਡੀਪੀ ਜਾਂ ਜੀਡੀਪੀ ਗਰੋਥ ਰੇਟ ਬਾਰੇ ਪੜ੍ਹਦੇ ਸੁਣਦੇ ਰਹਿੰਦੇ ਹਾਂ ਕੁਝ ਲੋਕ ਜਾਣਕਾਰੀ ਨਾ ਹੋਣ ਕਾਰਨ ਜੀਡੀਪੀ ਅਤੇ ਜੀਡੀਪੀ ਗਰੋਥ ਰੇਟ ਨੂੰ ਵੀ ਇੱਕ ਸਮਝ ਲੈਂਦੇ ਹਨ ਪਹਿਲਾਂ ਗੱਲ ਕਰਦੇ ਹਾਂ ਜੀਡੀਪੀ ਭਾਵ ਗ੍ਰੋਸ ਡੋਮੈਸਟਿਕ ਪ੍ਰੋਡਕਟ ਬਾਰੇ ਜਿਸ ਨੂੰ ਪੰਜਾਬੀ ਵਿੱਚ ਕੁੱਲ ਜਾਂ ਸਕਲ ਘਰੇਲੂ ਉਤਪਾਦ ਵੀ ਕਿਹਾ ਜਾਂਦਾ ਹੈ ਕਿਸੇ ਦੇਸ਼ ਦੀਆਂ ਸੀਮਾਵਾਂ ਦੇ ਅੰਦਰ ਕਿਸੇ ਦਿੱਤੇ ਸਮੇਂ ਵਿੱਚ ਪੈਦਾ ਕੀਤੀਆਂ ਗਈਆਂ ਵਸਤਾਂ ਅਤੇ ਸੇਵਾਵਾਂ ਨੂੰ ਕੁੱਲ ਘਰੇਲੂ ਉਤਪਾਦ ਯਾਨੀ ਜੀਡੀਪੀ ਕਿਹਾ ਜਾਂਦਾ ਹੈ ਇਸ ਲਈ ਕਿਸੇ ਦੇਸ਼ ਦੀ ਆਰਥਿਕ ਸਥਿਤੀ ਦਾ ਅੰਦਾਜ਼ਾ ਲਗਾਉਣ ਲਈ ਜੀਡੀਪੀ ਦੀ ਵਰਤੋਂ ਕੀਤੀ ਜਾਂਦੀ ਹੈ ਆਮ ਤੌਰ ਤੇ ਇਸ ਦਾ ਸਾਲਾਨਾ ਮੁਲਾਂਕਣ ਹੁੰਦਾ ਹੈ ਪਰ ਤਿਮਾਹੀ ਮੁਲਾਂਕਣ ਵੀ ਕੀਤਾ ਜਾਂਦਾ ਹੈ ਇਸ ਦੇ ਦੋ ਭਾਗ ਹਨ ਵਸਤਾਂ ਅਤੇ ਸੇਵਾਵਾਂ ਵਸਤਾਂ ਦਾ ਮਤਲਬ ਕੋਈ ਤਿਆਰ ਸਮਾਨ ਹੈ ਜਿਵੇਂ ਕੋਈ ਕਾਰ ਜਾਂ ਫਰਨੀਚਰ ਅਤੇ ਸੇਵਾਵਾਂ ਤੋਂ ਭਾਵ ਡਾਕਟਰ ਵਕੀਲ ਨਾਈ ਆਦਿ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਹਨ ਕੁਝ ਅਰਥ ਸ਼ਾਸਤਰੀ ਇਸ ਜੀ ਡੀ ਪੀ ਨੂੰ ਸਹੀ ਨਹੀਂ ਮੰਨਦੇ ਕਿਉਂਕਿ ਇਸ ਵਿੱਚ ਦਾਨ ਅਤੇ ਸੇਵਾ ਘਰੇਲੂ ਕੰਮ ਅਤੇ ਘਰ ਲਈ ਤਿਆਰ ਕੀਤਾ ਗਿਆ ਸਮਾਨ ਗੈਰ ਕਾਨੂੰਨੀ ਧੰਦੇ ਕਾਲਾ ਬਾਜ਼ਾਰੀ ਆਦੀ ਵਸਤਾਂ ਦੀ ਕੀਮਤ ਸ਼ਾਮਲ ਨਹੀਂ ਕੀਤੀ ਜਾਂਦੀ ਹੈ ਜੀਡੀਪੀ ਦਾ ਮਲਾਂਕਣ ਕਰਨ ਲਈ ਤਿੰਨ ਤਰੀਕੇ ਹਨ ਉਹ ਹਨ ਕੁੱਲ ਉਤਪਾਦ ਵਿਧੀ ਕੁੱਲ ਖਰਚ ਵਿਧੀ ਅਤੇ ਕੁੱਲ ਆਮਦਨ ਵਿਧੀ ਕੁੱਲ ਉਤਪਾਦ ਵਿਧੀ ਵਿੱਚ ਉਤਪਾਦਨ ਦੇ ਹਰ ਪੱਧਰ ਤੇ ਵਸਤਾਂ ਦੇ ਮੁੱਲ ਵਿੱਚ ਹੋਏ ਵਾਧੇ ਦਾ ਕੁੱਲ ਜੋੜ ਕੀਤਾ ਜਾਂਦਾ ਹੈ ਖਰਚ ਵਿਧੀ ਵਿੱਚ ਅੰਤਿਮ ਉਪਭੋਗਤਾਵਾਂ ਵੱਲੋਂ ਕੀਤੇ ਗਏ ਕੁੱਲ ਖਰੀਦ ਦਾ ਜੋੜ ਕੀਤਾ ਜਾਂਦਾ ਹੈ ਆਮਦਨ ਵਿਧੀ ਵਿੱਚ ਉਤਪਾਦਨ ਸਾਧਨਾ ਰਾਹੀਂ ਕੀਤੀ ਗਈ ਕੁੱਲ ਆਮਦਨ ਦਾ ਜੋੜ ਕੀਤਾ ਜਾਂਦਾ ਹੈ ਜੀ ਡੀ ਪੀ ਨੂੰ ਮਾਪਣ ਦਾ ਇੱਕ ਵਿਸ਼ੇਸ਼ ਫਾਰਮੂਲਾ ਹੈ ਇਸ ਅਨੁਸਾਰ ਜੀ ਡੀ ਪੀ ਬਰਾਬਰ ਹੈ ਸੀ ਪਲੱਸ ਆਈ ਪਲੱਸ ਜੀ ਪਲੱਸ ਨੈਟ ਐਕਸਪੋਰਟਸ ਭਾਵ ਐਕਸ ਮਾਈਨਸ ਐਮ ਇੱਥੇ ਸੀ ਤੋਂ ਭਾਵ ਕੰਜ਼ਮਪਸ਼ਨ ਯਾਨੀ ਉਪਭੋਗ ਆਈ ਤੋਂ ਭਾਵ ਇਨਵੈਸਟਮੈਂਟ ਯਾਨੀ ਨਿਵੇਸ਼ ਜੀ ਤੋਂ ਭਾਵ ਗਵਰਨਮੈਂਟਸ ਸਪੈਂਡਿੰਗਸ ਭਾਵ ਸਰਕਾਰੀ ਖਰਚੇ ਐਕਸ ਤੋਂ ਭਾਵ ਐਕਸਪੋਰਟਸ ਭਾਵ ਨਿਰਯਾਤ ਅਹਿਮ ਤੋਂ ਭਾਵ ਇੰਪੋਰਟਸ ਭਾਵ ਆਯਾਤ ਆਮ ਤੌਰ ਤੇ ਲੋਕ ਜੀਡੀਪੀ ਅਤੇ ਜੀਡੀਪੀ ਗਰੋਥ ਰੇਟ ਨੂੰ ਇੱਕ ਸਮਝ ਲੈਂਦੇ ਹਨ ਕਿਸੇ ਦਿੱਤੇ ਗਏ ਸਾਲ ਜਾਂ ਤਿਮਾਹੀ ਦਾ ਕਿਸੇ ਪਿਛਲੇ ਸਾਲ ਜਾਂ ਤਿਮਾਹੀ ਦੇ ਇਨਫਲੇਸ਼ਨ ਅਡਜਸਟਡ ਭਾਵ মুদ্রਸਫੀਤੀ ਅਨੁਸਾਰ ਅੰਕੜੇ ਮੁਲਾਏ ਜਾਂਦੇ ਹਨ ਤਾਂ ਦੋਹਾਂ ਵਿੱਚ ਆਉਂਦੇ ਪ੍ਰਤੀਸ਼ਤ ਬਦਲਾਵ ਨੂੰ ਜੀਡੀਪੀ ਗਰੋਥ ਰੇਟ ਕਿਹਾ ਜਾਂਦਾ ਹੈ ਇਹ ਬਦਲਾਵ ਪੋਜੀਟਿਵ ਜਾਂ 네ਗੇਟਿਵ ਵੀ ਹੋ ਸਕਦਾ ਹੈ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਇਸ ਦੇ ਨਾਲ ਹੀ ਸਾਡੇ YouTube ਚੈਨਲ ਵੀ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ